ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਉਮੀਦ ਕਰਦਾ ਵਧੀਆ ਹੋਵੋਗੇ। ਸਿਨੇਮੈਟਿਕ ਸ਼ਾਰਟਸ ਤੁਸੀਂ ਦੇਖ ਹੀ ਚੁੱਕੇ ਹੋ। ਅੱਜ ਆਪਣੇ ਕੋਲ ਸਪਲੈਂਡਰ, ਡੀਲਕਸ, ਪਲੈਟੀਨਾ, ਪਲੇਜ਼ਰ, ਐਕਟਿਵਾ, ਐਵੀਏਟਰ ਸਾਰੇ ਹੀ ਮਾਡਲ ਖੜੇ ਨੇ। ਮਿਕਸ ਸੈਗਮੈਂਟ ਅੱਜ ਖੜਾ ਹੈ, ਬੁਲਟ ਵੀ ਆਪਣੇ ਕੋਲ ਖੜਾ, ਜਿਨ੍ਹਾਂ ਦੀ ਡਿਮਾਂਡ ਸਟਾਰਟ ਹੁੰਦੀ ਹੈ। ਮਿਕਸ ਸੈਗਮੈਂਟ ਦੀ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਲਗਭਗ 14,000 ਰੁਪਇਆ 14,000 ਰੁਪੀਸ ਜਿਹੜੀ ਡਿਮਾਂਡ ਸਟਾਰਟ ਹੁੰਦੀ ਹੈ ਮਿਕਸ ਸੈਗਮੈਂਟ ਦੀ, ਠੀਕ ਹੈ ਜੀ। ਤਾਂ ਬੁਲਟ ਦੀ ਗੱਲ ਕਰੀਏ ਤਾਂ ਆਪਣੇ ਕੋਲ ਸਮਥਿੰਗ 50 ਦੇ ਆਸ ਪਾਸ ਦਾ ਪ੍ਰਾਈਜ਼ ਹੈ ਅਪਰੋਕਸੀਮੇਟ। ਤੋਂ ਤੁਹਾਨੂੰ ਮੈਂ ਵੀਡੀਓ 'ਚ ਦਿਖਾਉਣਾ, ਵੀਡੀਓ ਪੂਰੀ ਦੇਖਿਓ। ਕਿਹੜੇ ਡੀਲਰ ਕੋਲ ਖੜਾ ਤਾਂ ਗੱਲ ਕਰਾਂ ਜੀ, ਅੱਜ ਮੈਂ ਖੜਾ ਕਿੰਗ ਆਟੋ ਡੀਲ ਨਕੋਦਰ, ਠੀਕ ਹੈ ਜੀ। ਸਬਜ਼ੀ ਮੰਡੀ ਜਿਹੜਾ ਏਰੀਆ ਜਿੱਥੇ ਮੈਂ ਖੜਾ ਇਸ ਸਮੇਂ ਸਬਜ਼ੀ ਮੰਡੀ ਹੈ। ਵੀਰ ਜੀ ਨਾਲ ਤੁਹਾਡੀ ਗੱਲ ਕਰਵਾ ਸਕਦਾ ਸੀ ਬਟ ਪ੍ਰੋਬਲਮ ਇਹ ਹੋ ਗਈ, ਜਦ ਮੈਂ ਆਇਆ ਤਾਂ ਵੀਰ ਜੀ ਥੋੜ੍ਹਾ ਜਿਹਾ ਕਿਸੇ ਕੰਮ 'ਚ ਬਿਜ਼ੀ ਹੋ ਗਏ ਅਤੇ ਉਹਨਾਂ ਨੂੰ ਕਿਤੇ ਜਾਣਾ ਪਿਆ ਕਿਸੇ ਜ਼ਰੂਰੀ ਕੰਮ ਲਈ, ਠੀਕ ਹੈ ਜੀ। ਤਾਂ ਉਹਨਾਂ ਨੇ ਇੰਟਰੋਡਕਸ਼ਨ ਮੈਂ ਤੁਹਾਡਾ ਨਹੀਂ ਕਰਵਾ ਸਕਦਾ, ਲੇਕਿਨ ਡੀਲਰ ਦੀਆਂ ਡਿਟੇਲਸ ਜਿਹੜੀਆਂ ਡਿਸਕ੍ਰਿਪਸ਼ਨ 'ਚ ਦਿੱਤੀਆਂ ਹੋਈਆਂ ਨੇ, ਚੈੱਕ ਕਰਕੇ ਜਿਹੜੀਆਂ ਬਾਈਕ ਦੀ ਡਿਟੇਲਸ ਆ ਮੈਂ ਤੁਹਾਨੂੰ ਦਿਖਾਉਣੀਆਂ ਸ਼ੁਰੂ ਕਰਦਾ। ਹਰੇਕ ਬਾਈਕ ਦੇ ਉੱਤੇ ਨੰਬਰ ਲੱਗਾ ਹੋਇਆ, ਚੈੱਕ ਜ਼ਰੂਰ ਕਰਿਓ। ਕਈ ਵਾਰ ਕੀ ਹੁੰਦਾ ਬੋਲਣ ਲੱਗੇ ਭੁਲੇਖਾ ਪੈ ਜਾਂਦਾ, ਠੀਕ ਹੈ ਜੀ। ਸੋ ਨੰਬਰ ਪਲੀਜ਼ ਵੀਡੀਓ 'ਚ ਜਿਹੜੇ ਬਾਈਕ ਦੇ ਉੱਤੇ ਲੱਗੇ ਹੋਏ ਨੇ ਚੈੱਕ ਜ਼ਰੂਰ ਕਰਿਓ। ਬੁਲਟ 50,000 ਦੇ ਆਸ ਪਾਸ ਦੀ ਰੇਂਜ ਹੈ, ਠੀਕ ਹੈ ਜੀ। ਜਿਹੜਾ ਕਨਫਰਮ ਪ੍ਰਾਈਜ਼ ਹੈ ਤੁਹਾਨੂੰ ਮੈਂ ਵੀਡੀਓ 'ਚ ਦਿਖਾਵਾਂਗਾ, ਅਤੇ ਜਿਹੜੇ ਮਿਕਸ ਸੈਗਮੈਂਟ ਸਾਰਾ ਉਹ 14,000 ਰੁਪਏ ਤੋਂ ਸਟਾਰਟਿੰਗ ਪ੍ਰਾਈਜ਼ ਜਿਹੜੇ ਸ਼ੁਰੂ ਹੋ ਜਾਂਦੇ ਨੇ। ਸੋ ਇੱਕ ਕਰਕੇ ਬਾਈਕ ਦੀ ਡਿਟੇਲ ਦੇਣੀ ਸ਼ੁਰੂ ਕਰਦਾ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਆਪਣੇ ਕੋਲ ਪਲੈਟੀਨਾ, ਗਲੈਮਰ, ਪਲਸਰ, ਇੱਧਰ ਆਪਣੇ ਕੋਲ ਸਪਲੈਂਡਰ ਦੇਖੋ ਤੁਸੀਂ ਕਿੰਨੇ ਸਾਰੇ ਲੱਗੇ ਹੋਏ ਨੇ, ਠੀਕ ਹੈ ਜੀ। ਅੰਦਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਐਕਟਿਵਾ, ਐਵੀਏਟਰ, ਸਕੂਟੀ ਵਾਲੇ ਮਾਡਲ, ਠੀਕ ਹੈ ਜੀ, ਅਤੇ ਬੁਲਟ ਵਗੈਰਾ ਖੜੇ ਨੇ। ਸੋ ਇੱਕ ਕਰਕੇ ਬਾਈਕ ਦੀਆਂ ਡਿਟੇਲ ਦਿਖਾਉਣੀ ਤੁਹਾਨੂੰ ਸ਼ੁਰੂ ਕਰਦਾ ਵਾਂ। ਜਿੱਦਾਂ ਕਿ ਤੁਹਾਨੂੰ ਪਤਾ ਜੀ, ਨੰਬਰ ਉੱਤੇ ਲੱਗੇ ਨੇ, ਰੇਟ ਥੱਲੇ ਲੱਗੇ ਨੇ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਜੀ ਆਪਣੇ ਕੋਲ ਖੜਾ ਸਪਲੈਂਡਰ 2009 ਮਾਡਲ, 22,000 ਰੁਪਇਆ ਡਿਮਾਂਡ ਹੈ, ਠੀਕ ਹੈ ਜੀ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਲੈਕ ਦੇ ਵਿੱਚ ਸਿਲਵਰ ਅਤੇ ਬਲੂ ਕਲਰ ਦਾ ਕੋਂਬੀਨੇਸ਼ਨ ਹੈ, ਠੀਕ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ, ਤੁਸੀਂ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਤਾਂ ਜੀ ਆਪਣੇ ਕੋਲ ਇੱਕ ਸਪਲੈਂਡਰ ਖੜਾ ਸਿਲਵਰ ਕਲਰ ਦੇ ਵਿੱਚ 2018 ਮਾਡਲ ਹੈ ਜੀ। ਐਕਸਟਰਾ ਤੋਂ ਅਲੋਏ ਵੀਲਸ ਲੱਗੇ ਹੋਏ ਨੇ, ਠੀਕ ਹੈ ਜੀ। ਇਸ ਵਾਲੇ ਸਿਲਵਰ ਕਲਰ ਦੇ ਵਿੱਚ ਹੈ, 55,000 ਰੁਪਏ ਦੀ ਡਿਮਾਂਡ ਹੈ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ, ਸਿਲਵਰ ਕਲਰ ਦੇ ਵਿੱਚ ਹੈ। ਨੈਕਸਟ ਆਪਣੇ ਕੋਲ ਆ ਰਿਹਾ ਜੀ 2010 ਮਾਡਲ, 23,000 ਰੁਪਏ ਡਿਮਾਂਡ ਹੈ, ਬਲੈਕ ਕਲਰ ਦੇ ਵਿੱਚ, ਸਿਲਵਰ ਤੇ ਗ੍ਰੇ ਕਲਰ ਦਾ ਕੋਂਬੀਨੇਸ਼ਨ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ, ਤੁਹਾਡੇ ਸਾਹਮਣੇ ਕੰਡੀਸ਼ਨ ਜੋ ਵੀ ਹੈ, ਠੀਕ ਹੈ ਜੀ। ਨੈਕਸਟ ਆਪਣੇ ਕੋਲ ਆ ਰਿਹਾ ਜੀ 2019 ਮਾਡਲ, 65,000 ਰੁਪਏ ਡਿਮਾਂਡ ਹੈ, PB08 ਜਲੰਧਰ ਦਾ ਨੰਬਰ ਹੈ, ਸਿਲਵਰ ਕਲਰ ਦੇ ਵਿੱਚ ਆਪਣੇ ਕੋਲ ਸਪਲੈਂਡਰ ਖੜਾ ਹੈ, ਠੀਕ ਹੈ ਜੀ। ਕੰਡੀਸ਼ਨ ਜੋ ਹੈ ਤੁਹਾਡੇ ਸਾਹਮਣੇ ਹੈ, ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਾਈਕ ਖੜਾ ਹੈ। ਬਾਕੀ ਬਾਈਕ ਤੁਹਾਡਾ ਬਾਹਰ ਖੜੇ ਹੋਣ ਕਰਕੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਸਾਰਾ ਮੰਡੀ ਏਰੀਆ ਵਾ, ਸਬਜ਼ੀ ਮੰਡੀ ਵਜਦੀ, ਥੋੜ੍ਹਾ ਕਰਾਊਡ ਹੈ, ਤੋਰਾ ਫੇਰਾ ਰਹਿੰਦਾ ਜੀ, ਉਸੇ ਕਰਕੇ ਬਾਈਕ ਥੋੜ੍ਹੀਆਂ ਜਿਹੀਆਂ ਗੰਦੀਆਂ ਹੋਣਗੀਆਂ, ਪਰ ਜਿਸ ਦਿਨ ਆਉਂਗੇ ਤੁਹਾਨੂੰ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਮਿਲਣਗੀਆਂ, ਠੀਕ ਹੈ ਜੀ। ਗੱਲ ਕਰੀਏ ਰੇਟ ਦੀ ਦੁਬਾਰਾ ਤਾਂ 2019 ਮਾਡਲ, 65,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ। ਨੈਕਸਟ ਆਪਣੇ ਕੋਲ ਆ ਗਿਆ ਜੀ 2014 ਮਾਡਲ, 32,000 ਰੁਪਏ ਡਿਮਾਂਡ, PB08 ਜਲੰਧਰ ਦਾ ਨੰਬਰ, ਬਲੈਕ ਦੇ ਵਿੱਚ ਸਿਲਵਰ ਕਲਰ ਦਾ ਕੋਂਬੀਨੇਸ਼ਨ ਹੈ ਜੀ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਜਿਹੜੀ ਬਾਈਕ ਆ ਉਹ ਖੜੀ ਹੈ। ਪ੍ਰਾਈਜ਼ ਦੀ ਗੱਲ ਦੁਬਾਰਾ ਕਰੀਏ ਤਾਂ ਜੀ 2014 ਮਾਡਲ, 32,000 ਰੁਪਇਆ ਜਿਹੜੀ ਇਹਦੀ ਡਿਮਾਂਡ ਹੈ। ਨੈਕਸਟ ਆਪਣੇ ਕੋਲ ਹੈਗਾ ਜੀ 13 ਮਾਡਲ, 30,000 ਰੁਪਇਆ ਡਿਮਾਂਡ, ਹੀਰੋ ਦਾ ਹੀ ਸਪਲੈਂਡਰ, PB08 ਨੰਬਰ ਹੈ, ਬਲੈਕ ਦੇ ਵਿੱਚ ਗ੍ਰੇ ਕਲਰ ਦਾ ਕੋਂਬੀਨੇਸ਼ਨ। ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਹੈ, ਠੀਕ ਹੈ ਜੀ। PB08 ਜਲੰਧਰ ਦਾ ਨੰਬਰ, 2013 ਮਾਡਲ, 30,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ। ਨੰਬਰ ਜ਼ਰੂਰ ਚੈੱਕ ਕਰਦੇ ਰਹੋ, ਕਈ ਵਾਰ ਬੋਲਣ ਲੱਗੇ ਭੁਲੇਖਾ ਪੈ ਜਾਂਦਾ, ਠੀਕ ਹੈ ਜੀ। ਸੋ ਨੰਬਰ ਜ਼ਰੂਰ ਚੈੱਕ ਕਰਿਓ, ਹਰੇਕ ਬਾਈਕ 'ਤੇ ਨੰਬਰ ਲੱਗੇ ਹੋਏ ਨੇ। ਨੈਕਸਟ ਆਪਣੇ ਕੋਲ ਹੈਗਾ ਜੀ 2015 ਮਾਡਲ, 34,000 ਰੁਪਏ ਡਿਮਾਂਡ, 34,000 ਰੁਪੀਸ ਡਿਮਾਂਡ ਹੈ ਜੀ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਲੈਕ ਦੇ ਵਿੱਚ ਸਿਲਵਰ ਕਲਰ ਦਾ ਕੋਂਬੀਨੇਸ਼ਨ ਹੈ, ਜੇ ਇੱਕ ਵਾਰ ਤੁਸੀਂ ਇੱਧਰੋਂ ਵੀ ਦੇਖ ਸਕਦੇ ਹੋ, ਠੀਕ ਹੈ ਜੀ। ਬਲੈਕ ਦੇ ਵਿੱਚ ਸਿਲਵਰ ਗ੍ਰੇ ਕਲਰ ਦਾ ਕੋਂਬੀਨੇਸ਼ਨ, 2015 ਮਾਡਲ, 34,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ। ਨੈਕਸਟ ਆਪਣੇ ਕੋਲ ਹੈਗਾ ਜੀ 2018 ਮਾਡਲ, 55,000 ਰੁਪਏ ਡਿਮਾਂਡ, ਸਿਲਵਰ ਕਲਰ ਦੇ ਵਿੱਚ ਹੈ ਜੀ। ਬਾਈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਜਿਹੜੀ ਬਾਈਕ ਆ ਉਹ ਖੜੀ ਹੈ, ਠੀਕ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਚੈੱਕ ਕਰ ਸਕਦੇ ਹੋ। ਨੈਕਸਟ ਆਪਣੇ ਕੋਲ ਆ ਰਿਹਾ ਜੀ ਬਜਾਜ ਦਾ CT100, ਠੀਕ ਹੈ ਜੀ, ਬਲੈਕ ਦੇ ਵਿੱਚ ਗ੍ਰੇ ਅਤੇ ਬਲੂ ਕਲਰ ਦਾ ਕੋਂਬੀਨੇਸ਼ਨ, 2018 ਮਾਡਲ, 36,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ। ਬਲੈਕ ਕਲਰ ਦੇ ਵਿੱਚ ਬਲੂ ਅਤੇ ਸਿਲਵਰ ਕਲਰ ਦੇ ਕੋਂਬੀਨੇਸ਼ਨ ਦੇ ਵਿੱਚ ਜਿਹੜੀ ਇਹ ਬਾਈਕ ਹੈ ਖੜੀ ਹੈ। ਤੁਸੀਂ ਇੱਕ ਵਾਰੀ ਸਾਈਡ ਪ੍ਰੋਫਾਈਲ ਅਤੇ ਬਾਕੀ ਕੰਡੀਸ਼ਨ ਜਿਹੜੀ ਹੈ ਚੈੱਕ ਕਰ ਸਕਦੇ ਹੋ। ਨੈਕਸਟ ਆਪਣੇ ਕੋਲ ਆ ਰਿਹਾ ਜੀ ਬਜਾਜ ਦਾ ਹੀ ਪਲੈਟੀਨਾ PB08 ਜਲੰਧਰ ਦਾ ਨੰਬਰ, 2012 ਮਾਡਲ,
28,000 रुपए डिमांड है। प्राइस जेडे मौके ते नेगोशिएट हो जाएंगे ऑन द टेबल। तुसी इत्थे आके बाइक वगैरह चेक कर सकते हो, ठीक है जी। बाइक की कंडीशन तुहाडे सामने है, तुसी चेक कर सकते हो। नैक्सट अपने कोल आ रहा है जी TVS 2018 मॉडल, 35,000 रुपए डिमांड, वाइट कलर दे विच कंडीशन, तुसी चेक कर सकते हो तुहाडे सामने है, ठीक है जी। वाइट कलर दे विच है जी TVS स्पोर्ट। इस तो अपने को आ रहा जी रॉयल एनफील्ड बुलेट, जिंदी बहुत ज्यादा डिमांड रही है, प्राइस तुम सोच नहीं सकते इन्ने के घट प्राइस जी बाइक खड़ी है। बाइक की कंडीशन सब तो पहला चेक करो जी, अलॉय व्हील पाए हुए ने, ठीक है जी। इधर उसकी कंडीशन चेक कर सकते हो, तुम दसा थोड़ा जा एरिया उस हिसाब का, मार्केट उस हिसाब की मिट्टी कट्टा जो उड़ता रहा थोड़ी बाइक गंदी है। थोड़ा जिस दिन लैन आओगे बाइक थोड़ा साफ कंडीशन मिलेगी। गल करिए मॉडल की, 2003 मॉडल है, 52,000 रुपये जी इनकी डिमांड है। बाइक की कंडीशन तुम देख सकते हो, 52,000 रुपीज डिमांड है। इन च भी हले जो तुम आओगे तो कुछ ना कुछ मान तान थोड़ा हो जाएगा। इस तो अगर अपने को आ रही है जी एक्टिवा ब्लैक कलर के, एक्टिवा के एविएटर तुम स्टॉक देख सकते हो, काफ़ी खड़ा अपने को एक ही करके गल करते जी। अपने को खड़ी ब्लैक कलर की एक्टिवा। मॉडल की गल करिए जी 2013 मॉडल है, 32,000 रुपये डिमांड है। PV07 नंबर है। स्कूटी की कंडीशन तुम देख सकते हो, ब्लैक कलर के जी थोड़े सामने कंडीशन है जी, ठीक है जी। इस तो अगर अपने को आ रही है जी एविएटर 2010 मॉडल, 22,000 रुपया डिमांड। कंडीशन थोड़े सामने वाइट कलर के जी स्कूटरी है वह खड़ी है, तुम करी साइड प्रोफाइल सारी देख सकते हो, ठीक है जी। वाइट कलर के एविएटर 2010 मॉडल, 22,000 रुपीज जी इनकी डिमांड है। नैक्सट अपने को है जी ग्रे कलर की एक्टिवा 2010 मॉडल, 22,000 रुपये डिमांड है जी। PV36 नंबर है, ग्रे कलर के जी। कंडीशन तुसी देख सकते हो, ठीक है जी। इस तो अगर अपने को हैगी है जी एविएटर 2014 मॉडल, 32,000 रुपये जी इनकी डिमांड है। होंडा की एविएटर वाइट कलर के जी। कंडीशन तुसी देख सकते हो तुहाडे सामने है, वाइट कलर होंडा की एविएटर। नैक्सट अपने को हैगी जी वाइट कलर की एक्टिवा 2010 मॉडल, 25,000 रुपये डिमांड है। वाइट कलर के कंडीशन तुसी देख सकते हो, करी साइड प्रोफाइल कोशिश करना तुम दिखाने की, चेक कर सकते हो जी। वाइट कलर है होंडा एक्टिवा 2010 मॉडल, 25,000 रुपये जी इनकी डिमांड है। नैक्सट अपने को हैगी है जी 2009 मॉडल प्लेजर, ठीक है जी। 19,000 रुपये डिमांड है। PV21 नंबर सिल्वर कलर के विच है। अगर किसी वीर भैन ने सीखनी है या जिवें बच्चों की किसी की केयर अपने किसी की हाइट छोटी होंगी तो उन्होंने चाहिए होंगी, तो यह लाइट वेट से हल्की स्कूटरी है। 2009 मॉडल 19,000 रुपये डिमांड है। इन्हें भी हले जो तुम आओगे ऑन टेबल जो मानता ना हो जाएगा, जब कोई सीखना चाहता तो उनके लिए यह स्कूटी बेस्ट है। लाइट वेट हल्की छोटी, अगर किसी की हाइट भी छोटी तो उनके लिए भी यह स्कूटी जी बेस्ट है। नैक्सट अपने को है जी एविएटर होंडा की 2011 मॉडल, 25,000 रुपये डिमांड। PV33 नंबर है। महरून कलर के जी यह खड़ी है स्कूटी की कंडीशन तुम देख सकते हो, महरून कलर के। प्राइस की गल दोबारा करिए जी 2011 मॉडल, 25,000 रुपये जी इनकी डिमांड है। इस तो अगर अपने को आ रहा जी बजाज का पल्सर, ठीक है जी। कंडीशन तुम देख सकते हो, ब्लैक कलर के जी। PV08 जलंधर का नंबर, 2014 मॉडल, 22,000 रुपये डिमांड है, ठीक है जी। कंडीशन तुम देख सकते हो, अब जिदा तुम दसिया जी बाइक बार खड़ी होने करके थोड़ी जी गंदियां ने, पर जिस दिन तुम लैन आओगे तुम साफ सुथरी कंडीशन पूरी तैयार करके यह बाइक मिलेगी। पल्सर 135 मॉडल की गल दोबारा करिए जी 2014 मॉडल, 22,000 रुपये जी इनकी डिमांड है। नैक्सट अपने को हैगा जी ग्लैमर 2007 मॉडल, 14,000 रुपये डिमांड है जी। ब्लैक के ग्रे कलर का कॉम्बीनेशन, कंडीशन थोड़े सामने है, ठीक है जी। इधरों भी थानू अगर मैं कोशिश करदा प्रोफाइल दिखाने की साइड प्रोफाइल, ठीक है जी। इस तो अगर अपने को हैगा जी बजाज का ही प्लैटिना 2008 मॉडल, सिल्वर कलर के 23,000 रुपये डिमांड है। बाइक की कंडीशन तुम देख सकते हो, ठीक है जी। सिल्वर कलर के बजाज प्लैटिना 2008 मॉडल, 23,000 रुपया डिमांड है। नैक्सट अपने को हैगा जी 2012 मॉडल, 25,000 रुपये जी डिमांड है। ब्लैक के ग्रे कलर का कॉम्बीनेशन, ग्रे तो महरून टोन के, ठीक है जी। नंबर की गल करिए PV07 नंबर है। 2012 मॉडल, 25,000 रुपये जी इनकी डिमांड है। इस तो अगर अपने को दो पैशन खड़े है जी सेम
CB67 ਨੰਬਰ ਬਲੂ ਕਲਰ ਦੇ ਵਿੱਚ ਹੈ ਜੀ, ਬਲੂ ਤੇ ਬਲੈਕ ਦਾ ਕੰਬੀਨੇਸ਼ਨ, ਇਧਰ ਵੀ ਬਲੂ ਤੇ ਬਲੈਕ ਦਾ ਹੀ ਕੰਬੀਨੇਸ਼ਨ ਹੈ, 2008 ਮਾਡਲ ਸੇਮ, ਠੀਕ ਹੈ ਜੀ। ਕੰਡੀਸ਼ਨ ਤੁਹਾਨੂੰ ਮੈਂ ਦਿਖਾ ਦਿੰਦਾ, ਅਲੋਏ ਵੀਲਸ ਪਏ ਹੋਏ ਨੇ ਜਿਹੜੇ ਕੰਪਨੀ ਫਿਟਡ ਹੁੰਦੇ ਨੇ, ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਮਾਡਲ ਦੀ ਗੱਲ ਕਰੀਏ ਤਾਂ ਜੀ 2008 ਮਾਡਲ ਨੇ ਦੋਨੋਂ, 18,000 ਰੁਪਏ ਜਿਹੜੀ, 18,000 ਰੁਪਏ ਜਿਹੜੀ ਇਹਨਾਂ ਦੋਨਾਂ ਦੀ ਡਿਮਾਂਡ ਹੈ, ਬਾਕੀ ਜਿਹੜੇ ਪ੍ਰਾਈਜ਼ ਹੈ ਔਨ ਟੇਬਲ ਨੈਗੋਸ਼ੀਏਟ ਹੋ ਜਾਣਗੇ। ਇਸ ਤੋਂ ਅੱਗੇ ਆਪਣੇ ਕੋਲ ਖੜੀ TVS ਦੀ ਜੁਪੀਟਰ ਮੈਟ ਗ੍ਰੇ ਕਲਰ ਦੇ ਵਿੱਚ, PB36 ਨੰਬਰ ਹੈ ਜੀ, 18 ਮਾਡਲ, 45,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ। ਸਕੂਟੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਲੈਕ ਅਲੋਇਸ ਕੰਪਨੀ ਫਿਟਡ ਹੀ ਵੈਸੇ ਆਉਂਦੇ ਆ, ਠੀਕ ਹੈ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਕੰਡੀਸ਼ਨ ਵਿੱਚ ਹੀ ਹਾਲੇ ਤੱਕ ਪਈ ਹੈ, ਠੀਕ ਹੈ ਜੀ। ਬ੍ਰੈਂਡ ਨਿਊ ਕੰਡੀਸ਼ਨ 'ਚ ਤੁਸੀਂ ਕਹਿ ਸਕਦੇ ਹੋ, 2018 ਮਾਡਲ, 45,000 ਰੁਪਏ ਜਿਹੜੀ ਇਹਦੀ ਡਿਮਾਂਡ ਹੈ। ਸੋ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਆਪਣੇ ਕੋਲ ਅੱਜ ਸਾਰਾ ਮਿਕਸ ਸੈਗਮੈਂਟ ਸੀਗਾ, ਐਕਟਿਵ ਐਵੀਏਟਰ, ਸਪਲੈਂਡਰ, ਡੀਲਕਸ, ਸਾਰਾ ਹੀ ਮਿਕਸ ਸੈਗਮੈਂਟ ਸੀਗਾ। 13,000-14,000 ਰੁਪਏ ਸਟਾਰਟਿੰਗ ਪ੍ਰਾਈਸ ਸੀਗਾ। ਡੀਲਰ ਦੀਆਂ ਡਿਟੇਲ ਡਿਸਕ੍ਰਿਪਸ਼ਨ 'ਚ ਦਿੱਤੀਆਂ ਹੋਈਆਂ ਨੇ। ਅੱਜ ਦੀ ਵੀਡੀਓ 'ਚ ਬਸ ਇੰਨਾ ਹੀ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।